ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂੰਗੀ ਕਿ ਕੈਨੇਡਾ ਦੇ ਵਿੱਚ 10 ਜੋਬਸ ਕਿਹੜੀਆਂ ਇੱਦਾਂ ਦੀਆਂ 10 ਜੋਬਸ ਨੇ ਜਿਹੜੀਆਂ ਤੁਸੀਂ ਈਜ਼ੀਲੀ ਲੱਭ ਸਕਦੇ ਹੋ ਅਤੇ ਜਿਹੜੀਆਂ ਤੁਹਾਨੂੰ ਮਿਲਣਗੀਆਂ, ਹੈ ਨਾ। ਸਪੈਸ਼ਲੀ ਨੋਵਾ ਸਕੋਸ਼ੀਆ ਦੇ ਵਿੱਚ ਮੈਂ ਥੋੜ੍ਹੀ ਬਹੁਤ ਐਗਜ਼ਾਮਪਲ ਦੇ ਦੂੰਗੀ ਓਨਟੈਰੀਓ ਦੀ, ਬਟ ਮੈਂ ਬੇਸਿਕਲੀ ਫੋਕਸ ਕਰ ਰਹੀ ਹਾਂ ਨੋਵਾ ਸਕੋਸ਼ੀਆ ਦੇ ਵਿੱਚ ਤੁਸੀਂ ਕਿਹੜੀਆਂ ਜੋਬਸ ਲੱਭ ਸਕਦੇ ਹੋ। ਸੋ ਪਹਿਲੀ ਜਿਹੜੀ ਜੋਬ ਹੈ, ਬੈਸਟ ਜੋਬ ਜਿਹੜੀ ਹੈਗੀ ਆ, ਹੈਗੀ ਆ ਸਿਕਿਉਰਿਟੀ ਗਾਰਡ ਜੋਬਸ। ਸੁਣਨ ਨੂੰ ਇੱਦਾਂ ਲੱਗਦਾ ਕਿ ਸਿਕਿਉਰਿਟੀ ਗਾਰਡ ਜੋਬ, ਪਰ ਸਿਕਿਉਰਿਟੀ ਗਾਰਡ ਜੋਬ ਇਜ਼ ਵੈਰੀ ਈਜ਼ੀ, ਕਿਉਂਕਿ ਤੁਸੀਂ ਜਦੋਂ ਸਿਕਿਉਰਿਟੀ ਜੋਬਸ ਦਿਨ ਨੂੰ ਵੀ ਹੋ ਸਕਦੀ ਹੈ, ਰਾਤ ਨੂੰ ਵੀ ਹੋ ਸਕਦੀ ਹੈ ਨਾ, ਅਤੇ ਤੁਹਾਨੂੰ ਉਹਦੇ ਲਈ ਕਾਰ ਦੀ ਜ਼ਰੂਰਤ ਹੈ ਨਹੀਂ ਗੀ, ਬਟ ਜੇ ਤੁਹਾਡੇ ਕੋਲ ਕਾਰ ਹੈਗੀ ਹੈ ਤਾਂ ਤੁਸੀਂ ਦੂਰ ਨੇੜੇ ਵੀ ਜਾ ਸਕਦੇ ਹੋ, ਤਾਂ ਫਲੈਕਸੀਬਲ ਹੋ ਜਾਂਦਾ ਤੁਹਾਡਾ ਸਕੈਜੂਲ। ਸੋ ਦੂਸਰੀ ਗੱਲ, ਸਿਕਿਉਰਿਟੀ ਗਾਰਡ ਜੋਬ ਜਿਹੜੀਆਂ ਹੁੰਦੀਆਂ ਉਹਦੇ ਵਿੱਚ ਤੁਸੀਂ ਕੀ ਹੈ, ਸਟੱਡੀ ਵੀ ਕਰ ਸਕਦੇ ਹੋ। ਮੰਨ ਲਓ ਤੁਸੀਂ ਆਪਣੀ ਜੋਬ 'ਤੇ ਹੋ, ਤੁਸੀਂ ਬੈਠਣਾ ਹੁੰਦਾ ਜਾਂ ਖੜ੍ਹਨਾ ਹੁੰਦਾ ਜਾਂ ਬੈਠਣਾ, ਜ਼ਿਆਦਾਤਰ ਬੈਠਣਾ ਹੀ ਹੁੰਦਾ ਹੈ ਨਾ ਮੈਨੂੰ ਲੱਗਦਾ, ਅਤੇ ਜੇ ਤੁਹਾਨੂੰ ਬੈਠਣ ਵਾਲੀ ਜੋਬ ਜਗ੍ਹਾ ਮਿਲਦੀ ਆ, ਹੈ ਨਾ, ਅਤੇ ਉੱਥੇ ਫਿਰ ਤੁਸੀਂ ਆਪਣੀ ਸਟੱਡੀ ਵੀ ਕਰ ਸਕਦੇ ਹੋ। ਜੇ ਤੁਹਾਡੀਆਂ ਜਿਹੜੀ ਜੋਬ ਰਾਤ ਨੂੰ ਆ, ਤੁਸੀਂ ਆਪਣੀ ਸਟੱਡੀ ਕਰ ਸਕਦੇ ਹੋ, ਤੁਹਾਨੂੰ ਨੀਂਦ ਨਾ ਆਵੇ, ਹੈ ਨਾ, ਤੁਸੀਂ ਕੰਮ ਵੀ ਕਰ ਰਹੇ ਹੋ ਅਤੇ ਪੜ੍ਹਾਈ ਵੀ ਕਰ ਰਹੇ ਹੋ। ਅਤੇ ਮੈਂ ਦੇਖਿਆ ਕਿ ਜਿਹੜੇ ਲੋਕ ਸਿਕਿਉਰਿਟੀ ਗਾਰਡ ਦੀ ਜੋਬ ਕਰਦੇ ਨੇ, ਮਾਰਕਸ ਬੜੇ ਅੱਛੇ ਆਉਂਦੇ ਆ, ਕਿਉਂਕਿ ਉਹ ਪੜ੍ਹਦੇ ਰਹਿੰਦੇ ਆ ਉਹ ਟਾਈਮ ਦੇ ਵਿੱਚ, ਹੈ ਨਾ। ਜੇ ਉਹ ਟਾਈਮ ਤੁਸੀਂ ਫੋਨ 'ਤੇ ਨਾ ਖੇਲ ਕਰੋ ਤਾਂ ਤੁਸੀਂ ਪੜ੍ਹ ਕੇ ਆਪਣੇ ਜਿਹੜੇ ਹੈਗੇ ਨੰਬਰ ਵਧੀਆ ਲੈ ਸਕਦੇ ਹੋ, ਅਤੇ ਥੋੜ੍ਹਾ ਟਾਈਮ ਬਚ ਜੂਗਾ, ਅਸਾਈਨਮੈਂਟ ਵੀ ਕਰ ਸਕਦੇ ਹੋ। ਸੋ ਇਹ ਤਾਂ ਹੋ ਗਈ ਆਪਣੀ ਪਹਿਲੀ ਗੱਲ। ਅਤੇ ਇੱਕ ਐਗਜ਼ਾਮਪਲ ਹੈਗੀ ਇਹਦੀ, ਪੈਲਾਡਿਨ ਸਿਕਿਉਰਿਟੀ, ਮੈਂ ਨੀਚੇ ਡਿਸਕ੍ਰਿਪਸ਼ਨ 'ਚ ਲਿਖੂੰਗੀ। ਡਜ਼ਨਟ ਨੀਡ ਟੂ ਵਰੀ ਐਨੀਬਡੀ, ਨੋਬਡੀ ਨੋਬਡੀ। ਸੋ ਦੂਜੀ ਜਿਹੜੀ ਜੋਬ ਹੈਗੀ ਆਪਣੀ, ਡਿਲੀਵਰੀ, ਫੂਡ ਡਿਲੀਵਰੀ ਜੋਬ। ਸੋ ਪਹਿਲਾਂ ਆਪਾਂ ਸੁਣਿਆ ਪੀਜ਼ਾ ਡਿਲੀਵਰੀ ਕਰਦੇ ਲੋਕ, ਹੈ ਨਾ। ਪੀਜ਼ਾ ਡਿਲੀਵਰੀ ਜਿਹੜੀ ਆ ਵੀ ਪਹਿਲਾਂ ਹੀ ਹੁੰਦੀ ਹੈ, ਹਰ ਜਗ੍ਹਾ 'ਤੇ ਹੁੰਦੀ ਹੈ ਪੀਜ਼ਾ ਡਿਲੀਵਰੀ, ਪਰ ਅੱਜ ਕੱਲ੍ਹ ਜਿਹੜੀ ਨਵੀਂ ਐਪਸ ਆ ਗਏ ਆ ਉਹਦੇ ਵਿੱਚ ਕੀ ਹੈ ਵੀ ਤੁਸੀਂ ਜਿਹੜੇ ਵੀ ਜਿੰਨੇ ਵੀ ਤੁਹਾਡੇ ਨੇੜੇ ਤੇੜੇ ਰੈਸਟੋਰੈਂਟਸ ਹੈ ਉਹਨਾਂ ਤੋਂ ਵੀ ਤੁਸੀਂ ਫੂਡ ਜਿਹੜਾ ਹੈਗਾ ਮੰਗਵਾ ਸਕਦੇ ਹੋ ਘਰੇ ਬੈਠੇ, ਥੋੜ੍ਹੀ ਬਹੁਤ ਡਿਲੀਵਰੀ ਫੀਸ ਲੈਂਦੇ ਹੈਗੇ। ਅਤੇ ਉਹਦੇ ਵਿੱਚ ਇੱਕ ਹੈਗਾ ਉਬਰ ਈਟਸ, ਦੂਸਰਾ ਹੈਗਾ ਸਕਿਪ ਦ ਡਿਸ਼ਿਸ, ਹੈ ਨਾ। ਸਾਰੇ ਕਿਤੇ ਨਹੀਂ ਹੈਗਾ, ਪਰ ਕਿਤੇ ਕਿਤੇ ਇਹ ਪਹੁੰਚ ਚੁੱਕੇ ਆ ਸਾਰੀਆਂ ਚੀਜ਼ਾਂ, ਹੈ ਨਾ। ਵੱਡੇ ਸ਼ਹਿਰਾਂ 'ਚ ਜਿਵੇਂ ਓਨਟੈਰੀਓ ਵਗੈਰਾ ਤਾਂ ਹੈਗੀਆਂ, ਅਤੇ ਨੋਵਾ ਸਕੋਸ਼ੀਆ 'ਚ ਹੈਲੀਫੈਕਸ 'ਚ ਵੀ ਆ ਗਈਆਂ ਹੈਗੀਆਂ, ਅਤੇ ਹੌਲੀ ਹੌਲੀ ਆਪਣਾ ਉਹ ਜਿਹੜਾ ਹੈਗਾ ਸਰਵਿਸ ਏਰੀਆ ਵਧਾ ਰਹੇ ਆ, ਤਾਂ ਸਾਰੇ ਕਿਤੇ ਇਹ ਜੋਬਸ ਜਿਹੜੀਆਂ ਹੌਲੀ ਹੌਲੀ ਇਸ ਸਾਲ ਦੇ ਵਿੱਚ ਮੈਨੂੰ ਲੱਗਦਾ ਉਹ ਕਰ ਲੈਣਗੇ, ਠੀਕ ਹੈ। ਸੋ ਡਿਲੀਵਰੀ ਦੇ ਵਿੱਚ ਆ ਗਈਆਂ ਪੀਜ਼ਾ ਡਿਲੀਵਰੀ ਜੋਬ, ਉਬਰ ਈਟਸ, ਸਕਿਪ ਦ ਡਿਸ਼ਿਸ। ਡਿਲੀਵਰੀ ਦੇ ਵਿੱਚ ਮੈਂ ਕਹੂੰਗੀ ਕਿ ਟਰੱਕ ਵਾਲੀ ਜੋਬ ਵੀ ਡਿਲੀਵਰੀ ਦੇ ਵਿੱਚ ਹੀ ਆਉਂਦੀ ਹੈ, ਪਰ ਉਹ ਤੁਸੀਂ ਫੁੱਲ ਟਾਈਮ ਬੇਸ 'ਤੇ ਕਰ ਸਕਦੇ ਹੋ, ਮੈਨੂੰ ਪੱਕਾ ਪਤਾ। ਪਾਰਟ ਟਾਈਮ ਨਹੀਂ ਕਰ ਸਕਦੇ, ਤਾਂ ਫੁੱਲ ਟਾਈਮ ਦੇ ਵਿੱਚ ਆਉਂਦੀ ਆ ਉਹ ਵੀ, ਤੁਹਾਨੂੰ ਜਦੋਂ ਕੋਈ ਜਿਹੜੇ ਹੈਗੇ ਆ ਉਹ ਸਪੈਸ਼ਲੀ ਕੰਪਨੀ ਤੁਹਾਨੂੰ ਹਾਇਰ ਕਰਦੀ ਹੈ, ਅਤੇ ਮੈਨੂੰ ਉਹਦੇ ਬਾਰੇ ਇੰਨਾ ਪਤਾ ਨਹੀਂ ਹੈਗਾ ਟਰੱਕ ਡਰਾਈਵਰ ਬਾਰੇ, ਬਟ ਮੈਂ ਪਤਾ ਕਰਕੇ ਤੁਹਾਨੂੰ ਦੱਸ ਸਕਦੀ ਹਾਂ ਜੇ ਤੁਸੀਂ ਕਿਸੇ ਨੂੰ ਇੰਟਰਸਟ ਹੈਗਾ ਤਾਂ। ਅਤੇ ਨੈਕਸਟ ਆਪਣੀ ਜਿਹੜੀ ਹੈਗੀ ਹੈ ਜੋਬ, ਹਾਂ ਇੱਕ ਗੱਲ ਜਿਹੜੀ ਹੋਰ ਰਹਿ ਗਈ ਸੀ। ਸੋ ਜਦੋਂ ਆਪਣੇ ਕੋਲ ਕਾਰ ਹੈ, ਜੇ ਤੁਹਾਡੇ ਕੋਲ ਕਾਰ ਹੈ ਤਾਂ ਤੁਸੀਂ ਇਹ ਸਾਰੀ ਡਿਲੀਵਰੀ ਵਾਲੀ ਜੋਬ ਕਰ ਸਕਦੇ ਹੋ। ਇਹ ਬਹੁਤ ਇੰਪੋਰਟੈਂਟ ਹੈ ਵੀ ਤੁਹਾਡੇ ਕੋਲ ਕਾਰ ਹੋਣੀ ਚਾਹੀਦੀ ਹੈ ਇਹਦੇ ਵਾਸਤੇ। ਸੋ ਤੁਸੀਂ ਟੈਕਸੀ ਡਰਾਈਵਿੰਗ ਵੀ ਕਰ ਸਕਦੇ ਹੋ। ਟੈਕਸੀ ਡਰਾਈਵਿੰਗ ਲਈ ਅਲੱਗ ਅਲੱਗ ਕੰਪਨੀਜ਼ ਨੇ ਅਲੱਗ ਅਲੱਗ ਜਗ੍ਹਾ 'ਤੇ, ਅਤੇ ਨੋਵਾ ਸਕੋਸ਼ੀਆ ਦੇ ਵਿੱਚ ਜਿੱਥੇ ਮੈਂ ਰਹਿੰਦੀ ਹੈਲੀਫੈਕਸ, ਅਤੇ ਕਸੀਨੋ ਅਤੇ ਯੈਲੋ ਕੈਬ ਦੋ ਕੰਪਨੀਜ਼ ਹੈ, ਅਤੇ ਜਿਹੜੀ ਹੈਗੀ ਟੈਕਸੀ ਡਰਾਈਵਰ ਦੇ ਤਰ੍ਹਾਂ ਕੰਮ ਕਰਦੇ। ਤੁਸੀਂ ਆਪਣੀ ਗੱਡੀ ਨੂੰ ਟੈਕਸੀ ਡਰਾਈਵਰ ਵਾਂਗੂ ਯੂਜ਼ ਕਰ ਸਕਦੇ ਹੋ, ਅਤੇ ਉਹਦੇ 'ਚ ਵੀ ਕਾਫੀ ਪੈਸੇ ਹੈਗੇ ਲੋਕ। ਉਹਦੇ ਵਿੱਚ ਫਲੈਕਸੀਬਲ ਆਵਰ ਹੈ, ਤੁਸੀਂ ਆਪਣੀ ਗੱਡੀ 'ਚ ਬੈਠੋ, ਗੱਡੀ ਚਲਾਓ, ਅਤੇ ਉਹਦੇ 'ਚ ਵੀ ਬਹੁਤ ਪੈਸੇ ਬਣਦੇ ਆ ਬੇਸਿਕਲੀ, ਮੋਰ ਦੈਨ ਦੀ ਅਦਰ ਜੋਬਸ, ਹੈ ਨਾ। ਸਿਕਿਉਰਿਟੀ ਜੋਬਸ ਵੀ ਵਧੀਆ ਨੇ, ਟੈਕਸੀ ਡਰਾਈਵਿੰਗ 'ਚ ਤੁਸੀਂ ਪੈਸੇ ਬਣਾ ਸਕਦੇ ਹੋ ਬਹੁਤ ਜ਼ਿਆਦਾ, ਆਪਣੀ ਕਾਰ ਦਾ ਰੈਂਟ ਵੀ ਕੱਢ ਸਕਦੇ ਹੋ, ਅਤੇ ਪੀਜ਼ਾ ਡਿਲੀਵਰੀ 'ਚ ਮੈਨੂੰ ਲੱਗਦਾ ਇੱਦਾਂ ਹੀ ਆ। ਸੋ ਇਹ ਹੋਰ ਗੱਲ ਇੰਪੋਰਟੈਂਟ ਦੱਸਣੀ ਸੀ। ਹਾਂ, ਟੈਕਸੀ ਡਰਾਈਵਿੰਗ ਦੇ ਵਿੱਚ ਨੋਵਾ ਸਕੋਸ਼ੀਆ ਦੇ ਵਿੱਚ ਉਬਰ ਨਹੀਂ ਹੈਗੀ, ਉਬਰ ਈਟਸ ਹੈਗੀ ਹੈ, ਜਿਹੜੀ ਕਿ ਖਾਣੇ ਲਈ ਖਾਣਾ ਤੁਸੀਂ ਔਡਰ ਕਰਦੇ ਹੋ। ਪਰ ਜੇ ਤੁਸੀਂ ਉਬਰ ਜਿਹੜੀ ਹੈ ਓਨਟੈਰੀਓ ਵਗੈਰਾ ਦੇ ਵਿੱਚ ਜਾਂ BC ਦੇ ਵਿੱਚ ਹੈਗੀ ਆ, ਉਬਰ ਇੱਕ ਤਰ੍ਹਾਂ ਦੀ ਵੀ ਟੈਕਸੀ ਡਰਾਈਵਰੀ ਵਾਲੀ ਜੋਬ ਹੀ ਹੈ, ਉਹਦੇ ਵਿੱਚ ਤੁਸੀਂ ਆਪਣੀ ਗੱਡੀ ਨੂੰ ਉਬਰ ਬਣਾ ਲੈਂਦੇ ਹੋ ਵੀ ਮੈਂ ਉਬਰ ਕੰਪਨੀ ਲਈ ਕੰਮ ਕਰਦਾ, ਅਤੇ ਤੁਸੀਂ ਬੇਸਿਕਲੀ ਜਿਹੜੀ ਆ ਜਦੋਂ ਵੀ ਤੁਹਾਨੂੰ ਕਿਸੇ ਨੂੰ ਟੈਕਸੀ ਚਾਹੀਦੀ ਹੋਊਗੀ ਤਾਂ ਤੁਸੀਂ ਕਹੋਗੇ, ਉਹ ਕਹਿਣਗੇ ਕਿ ਅਸੀਂ ਉਬਰ ਬੁਲਾ ਰਹੇ ਹਾਂ, ਤੁਸੀਂ ਉਬਰ ਇੱਕ ਬੇਸਿਕਲੀ ਟੈਕਸੀ ਡਰਾਈਵਿੰਗ ਕੰਪਨੀ ਆ। ਸੋ ਸਾਡੇ ਕੋਲ ਉਬਰ ਨਹੀਂ ਹੈਗੀ, ਬਟ ਸਾਡੇ ਕੋਲ ਯੈਲੋ ਕੈਬ ਅਤੇ ਕਸੀਨੋ ਆ, ਕਸੀਨੋ ਟੈਕਸੀ। ਸੋ ਐਨੀਵੇ ਇਹ ਤਾਂ ਹੋ ਗਈ ਆਪਣੀ ਡਰਾਈਵਿੰਗ ਵਾਲੀ ਜੋਬ, ਹੈ ਨਾ। ਨੈਕਸਟ ਜੋਬ ਜਿਹੜੀ ਆਪਣੀ ਹੈਗੀ ਆ ਉਹ ਹੈਗੀ ਆ ਰੀਟੇਲ ਜੋਬਸ। ਰੀਟੇਲ ਦੇ ਵਿੱਚ ਕੀ ਹੁੰਦਾ, ਰੀਟੇਲ ਦੇ ਵਿੱਚ ਤੁਸੀਂ ਕੋਈ ਵੀ ਚੀਜ਼ ਖਰੀਦਣੀ ਹੈ, ਮੰਨ ਲਓ, ਹੈ ਨਾ, ਤੁਸੀਂ ਉਹਦੇ ਵਿੱਚ ਕੀ ਜੋਬ ਕਰ ਸਕਦੇ ਹੋ, ਤੁਸੀਂ ਉਹਦੇ ਵਿੱਚ ਕੈਸ਼ੀਅਰ ਦੀ ਤਰ੍ਹਾਂ ਕੰਮ ਕਰ ਸਕਦੇ ਹੋ, ਹੈ ਨਾ, ਜਾਂ ਉਹਦੇ ਵਿੱਚ ਵੇਅਰ ਹਾਊਸਿਸ ਦੇ ਵਿੱਚ ਕੰਮ ਕਰ ਸਕਦੇ ਹੋ। ਸੋ ਉਹਦੇ ਵਿੱਚ ਰੀਟੇਲ ਦੇ ਵਿੱਚ ਕਿਹੜੀਆਂ ਕਿਹੜੀਆਂ ਕੰਪਨੀਜ਼ ਆ ਜਾਂਦੀਆਂ, ਜਿਵੇਂ ਖਾਣਾ, ਜਿੱਥੋਂ ਆਪਾਂ ਕੁਛ ਵੀ ਆਪਾਂ ਗਰੋਸਰੀਜ਼ ਕਰਦੇ ਹਾਂ,
ਜਿਵੇਂ ਵਾਲਮਾਰਟ ਹੋ ਗਿਆ, ਵਾਲਮਾਰਟ ਸਾਰੇ ਕੈਨੇਡਾ 'ਚ ਆ, ਐਟਲਾਂਟਿਕ ਸੁਪਰ ਸਟੋਰ ਸਾਰੇ ਕੈਨੇਡਾ 'ਚ ਆ, ਉੱਥੋਂ ਵੀ ਲੋਕ ਗਰੋਸਰੀ ਕਰਦੇ ਆ, ਸੋਬੇਜ਼ ਹੈ ਜਿਹੜਾ ਉੱਥੋਂ ਵੀ ਲੋਕ ਗਰੋਸਰੀ ਕਰਦੇ ਆ, ਹੈ ਨਾ। ਅਤੇ ਬੈਸਟ ਬਾਏ ਹੈ ਜਿਹੜਾ ਉੱਥੋਂ ਲੋਕ ਇਲੈਕਟ੍ਰੋਨਿਕਸ ਚੀਜ਼ਾਂ ਖਰੀਦਦੇ ਜਿਵੇਂ ਟੀ ਵੀ ਹੋ ਗਿਆ, ਡਿਸ਼ ਵਾਸ਼ਰ ਹੋ ਗਿਆ, ਕੰਪਿਊਟਰ ਹੋ ਗਿਆ, ਲੈਪਟਾਪ ਹੋ ਗਿਆ, ਕੈਮਰਾ ਹੋ ਗਿਆ, ਫੋਨ ਹੋ ਗਿਆ, ਟੀ ਵੀ ਹੋ ਗਿਆ। ਨੈਕਸਟ ਜਿਹੜੀ ਆਪਣੀ ਹੈਗੀ ਆ ਉਹ ਬੈਂਕ ਹੈ। ਬੈਂਕ ਦੇ ਵਿੱਚ ਤੁਸੀਂ ਪਾਰਟ ਟਾਈਮ ਜੋਬ ਵੀ ਕਰ ਸਕਦੇ ਹੋ ਅਤੇ ਫੁੱਲ ਟਾਈਮ ਜੋਬ ਵੀ ਕਰ ਸਕਦੇ ਹੋ। ਮੈਨੂੰ ਨਹੀਂ ਪਤਾ ਕਿ ਇਹ ਕੋਈ ਦੱਸਦਾ ਗਾ ਬੈਂਕ 'ਚ ਵੀ ਤੁਸੀਂ ਜੋਬ ਕਰ ਸਕਦੇ ਹੋ, ਪਰ ਯੈਸ ਤੁਸੀਂ ਬੈਂਕ 'ਚ ਵੀ ਪਾਰਟ ਟਾਈਮ ਜੋਬ ਕੰਮ ਕਰ ਸਕਦੇ। ਸੋ ਉਹ ਵੀ ਵਧੀਆ ਚੀਜ਼ ਹੈ, ਜੇ ਤੁਹਾਨੂੰ ਐਕਸਪੀਰੀਅੰਸ ਮਿਲਦਾ ਗਾ, ਵਧੀਆ ਬੈਠ ਕੇ ਕੰਮ ਕਰਨਾ, ਉਹ ਵਧੀਆ ਕੰਮ ਹੁੰਦਾ ਵੈਸੇ। ਅਤੇ ਨੈਕਸਟ ਜਿਹੜਾ ਆਪਣਾ ਹੈਗਾ ਉਹ ਹੈਗਾ ਰੈਸਟੋਰੈਂਟਸ ਜੋਬਸ। ਰੈਸਟੋਰੈਂਟਸ ਦੇ ਵਿੱਚ ਕਹਿੰਦਾ ਤੁਸੀਂ ਮਤਲਬ ਕੀ ਕਰਦੇ ਹੋ, ਤੁਸੀਂ ਖਾਣਾ ਬਣਾਉਣ 'ਚ ਹੈਲਪ ਕਰ ਸਕਦੇ ਹੋ, ਤੁਸੀਂ ਖਾਣਾ ਬਣਾਉਣ ਦੇ ਵਿੱਚ ਹੈਲਪ ਕਰ ਸਕਦੇ ਹੋ, ਤੁਸੀਂ ਖਾਣਾ ਸਰਵ ਕਰਨ ਦੇ ਵਿੱਚ ਹੈਲਪ ਕਰ ਸਕਦੇ ਹੋ, ਤੁਸੀਂ ਖਾਣੇ ਦੇ ਆਰਡਰ ਲੈਂਦੇ ਹੋ, ਤੁਸੀਂ ਚੈੱਕਆਊਟ ਉੱਤੇ, ਚੈੱਕਆਊਟ ਹੁੰਦਾ ਉਹਦਾ ਜਿੱਥੇ ਤੁਸੀਂ ਬਿਲਿੰਗ ਕਰਦੇ ਹੋ ਨਾ, ਕਸਟਮਰ ਨੂੰ ਖਾਣਾ ਦਿੰਦੇ ਹੋ ਅਤੇ ਉਹਨਾਂ ਤੋਂ ਪੈਸੇ ਲੈਂਦੇ ਹੋ, ਅਤੇ ਮਸ਼ੀਨ ਯੂਜ਼ ਕਰਦੇ ਹੋ, ਤੁਹਾਨੂੰ ਸਿਖਾ ਦਿੰਦੇ ਆ ਇੱਕ ਦੋ ਦਿਨਾਂ 'ਚ, ਬਹੁਤ ਹੀ ਜ਼ਿੰਦਗੀ। ਸੋ ਉੱਥੇ ਬਰਤਨ ਬੁਰਤਨ ਸਾਫ਼ ਕਰਦੇ ਆ, ਉਹ ਵੀ ਉੱਥੇ ਰੈਸਟੋਰੈਂਟ 'ਚ ਇੱਦਾਂ ਦਾ ਕੰਮ ਹੁੰਦਾ। ਸੋ ਕਈ ਜਗ੍ਹਾ 'ਤੇ ਇੱਦਾਂ ਹੁੰਦਾ ਕਿ ਤੁਹਾਨੂੰ ਕੋਈ ਭਾਂਡੇ ਭੁੰਡੇ ਧੋਣੇ ਨਹੀਂ ਪੈਂਦੇ, ਤੁਹਾਨੂੰ ਸਿਰਫ ਸਰਵ ਕਰਨਾ ਹੀ ਹੁੰਦਾ ਜਾਂ ਆਰਡਰ ਲੈਣੇ ਹੁੰਦੇ, ਹੈ ਨਾ। ਕਈ ਜਗ੍ਹਾ 'ਤੇ ਤੁਹਾਨੂੰ ਇਹ ਵੀ ਕੰਮ ਭਾਂਡੇ ਭੁੰਡੇ ਧੋਣ ਲਈ ਸਪੈਸ਼ਲ ਬਣਾਉਂਦੇ ਆ, ਸੋ ਉਹ ਵੀ ਹੁੰਦਾ, ਹੈ ਨਾ। ਫਿਰ ਆਪਣੀ ਨੈਕਸਟ ਆਪਣੀ ਹੋ ਗਈ ਯੂਨੀਵਰਸਿਟੀ ਜਾਂ ਕਾਲਜਸ ਦੇ ਵਿੱਚ ਨਾ ਫੂਡ ਕੋਰਟਸ ਹੁੰਦੇ ਆ, ਜਿੱਥੇ ਕੌਫੀ ਵਾਲੀਆਂ, ਟਿਮ ਹੋਟਨ ਹੋ ਗਿਆ, ਟਿਮ ਹੋਟਨ ਬਾਹਰ ਵੀ ਹੁੰਦਾ, ਯੂਨੀਵਰਸਿਟੀ ਕਾਲਜਸ ਦੇ ਵਿੱਚ ਵੀ ਹੁੰਦਾ, ਉੱਥੇ ਵੀ ਤੁਸੀਂ ਕੰਮ ਕਰ ਸਕਦੇ ਹੋ। ਮੈਕਡੋਨਲਡ ਹੋ ਗਿਆ, ਉੱਥੇ ਵੀ ਤੁਸੀਂ ਕੰਮ ਕਰ ਸਕਦੇ ਹੋ, ਅਤੇ ਇਹ ਅੰਦਰ ਵੀ ਹੋ ਸਕਦਾ, ਯੂਨੀਵਰਸਿਟੀ ਕਾਲਜਸ ਦੇ ਬਾਹਰ ਵੀ ਹੋ ਸਕਦੇ ਆ ਕਿਤੇ ਵੀ, ਹੈ ਨਾ। ਉਹ ਤਾਂ ਸਾਰੀ ਜਗ੍ਹਾ ਹੀ ਆ, ਉੱਥੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਇੱਕ ਹੋਰ ਯੂਨੀਵਰਸਿਟੀ ਜਾਂ ਕਾਲਜਸ ਦੇ ਵਿੱਚ ਜਿਹੜੇ ਰੈਜੀਡੈਂਟਸ ਹੁੰਦੇ ਆ ਨਾ, ਉੱਥੇ ਉਹ ਬੱਚਿਆਂ ਲਈ ਖਾਣਾ ਬਣਾਉਣ ਲਈ ਵੀ ਆਪਾਂ ਜੋਬਸ ਅਪਲਾਈ ਕਰ ਸਕਦੇ ਹਾਂ, ਵੀ ਅਸੀਂ ਜਿਹੜੇ ਵੀ ਲੋਕ ਰੈਜੀਡੈਂਟਸ 'ਚ ਰਹਿੰਦੇ ਆ, ਉਹਦਾ ਮਤਲਬ ਹੈ ਕਿ ਉਹ ਜਿਵੇਂ ਹੋਸਟਲ ਕਾਇੰਡ ਆਫ ਜਗ੍ਹਾ ਹੁੰਦੀ ਆ, ਉੱਥੇ ਰਹਿੰਦੇ ਆ, ਅਤੇ ਉੱਥੇ ਜਿਵੇਂ ਆਪਣੇ ਇੱਥੇ ਸਾਰੇ ਲੋਕਾਂ ਨੂੰ, ਸਾਰੇ ਸਟੂਡੈਂਟਸ ਨੂੰ ਇਕੱਠਾ ਹੀ ਖਾਣਾ ਸਰਵ ਕਰਦੇ ਆ, ਤਾਂ ਖਾਣਾ ਬਣਾਉਣ ਲਈ ਉਹ ਮਤਲਬ ਸਟੂਡੈਂਟਸ ਨੂੰ ਹੀ ਹਾਇਰ ਕਰਦੇ ਆ, ਅਤੇ ਤੁਸੀਂ ਵੀ ਉੱਥੇ ਅਪਲਾਈ ਕਰ ਸਕਦੇ ਹੋ ਜੇ ਤੁਹਾਡੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਉਹ ਚੀਜ਼ ਹੈਗੀ ਆ। ਅਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਯੂਨੀਵਰਸਿਟੀ ਕਾਲਜ ਦੇ ਵਿੱਚ ਕੰਮ ਕਰਨ ਦਾ ਇਹ ਫਾਇਦਾ ਕਿ ਤੁਸੀਂ ਜਿੰਨਾ ਮਰਜ਼ੀ ਕੰਮ ਕਰੋ ਉਹ ਕਾਊਂਟ ਨਹੀਂ ਹੁੰਦਾ, ਉਹ ਸਿਨ 'ਤੇ ਨਹੀਂ ਜਾਂਦਾ, ਉਹ ਤੁਹਾਨੂੰ ਉੱਥੇ ਤੁਸੀਂ ਜਿੰਨਾ ਮਰਜ਼ੀ ਕੰਮ ਕਰੋ, ਚਾਹੇ 40 ਘੰਟੇ ਕੰਮ ਕਰੋ, ਡਜ਼ਨਟ ਮੈਟਰ, ਅਤੇ ਬਾਹਰ ਤੁਸੀਂ 20 ਘੰਟੇ ਕਰੋ, 24 ਘੰਟੇ ਤੱਕ ਕਰ ਸਕਦੇ ਹੋ ਮੈਕਸੀਮਮ ਪਾਰਟ ਟਾਈਮ, ਤੁਸੀਂ 20 ਘੰਟੇ ਕਹਿੰਦੇ ਬਟ 24 ਘੰਟੇ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਸੋ ਇਹ ਹੋ ਗਿਆ ਤੁਸੀਂ। ਨੈਕਸਟ ਜਿਹੜਾ ਹੈਗਾ, ਮੰਨ ਲਓ ਤੁਹਾਨੂੰ ਕਿਤੇ ਵੀ ਜੋਬ ਨਹੀਂ ਮਿਲ ਰਹੀ, ਤੁਸੀਂ ਸਾਰੀ ਜਗ੍ਹਾ ਅਪਲਾਈ ਕਰ ਲਿਆ, ਤੁਹਾਨੂੰ ਕਿਤੇ ਵੀ ਜੋਬ ਨਹੀਂ ਮਿਲ ਰਹੀ, ਹੈ ਨਾ, ਮੇ ਬੀ ਤੁਹਾਡੇ ਰੈਜ਼ਮੀ 'ਚ ਕਮੀ ਹੋਵੇ, ਸੋ ਉਹ ਆਪਾਂ ਗੱਲ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ। ਬਟ ਫਿਰ ਵੀ ਆਪਾਂ ਕੀ ਕਰ ਸਕਦੇ ਹਾਂ, ਫਿਰ ਆਪਾਂ ਕਰ ਸਕਦੇ ਹਾਂ, ਹਰ ਜਗ੍ਹਾ ਦੇ ਵਿੱਚ ਇੰਪਲੋਇਮੈਂਟ ਏਜੰਸੀਜ਼ ਹੁੰਦੀਆਂ ਨੇ, ਜਿੱਥੇ ਤੁਸੀਂ ਆਪਣਾ ਸਾਈਨ ਅਪ ਕਰਦੇ ਹੋ, ਆਪਣੀ ਇਨਫੋਰਮੇਸ਼ਨ ਦਿੰਦੇ ਹੋ, ਆਪਣਾ ਜਿਹੜਾ ਹੈਗਾ ਤੁਸੀਂ ਕਿਸ ਤਰ੍ਹਾਂ ਦੀ ਜੋਬ ਚਾਹੁੰਦੇ ਹੋ, ਮੰਨ ਲਓ ਤੁਸੀਂ ਰੈਸਟੋਰੈਂਟ ਵਾਲੀ ਜੋਬ ਚਾਹੁੰਦੇ ਹੋ ਜਾਂ ਜਿਹੜੀ ਵੀ ਤਰ੍ਹਾਂ ਦੀ ਜੋਬ ਤੁਸੀਂ ਚਾਹੁੰਦੇ ਹੋ, ਤੁਸੀਂ ਇੱਕ ਤਰ੍ਹਾਂ ਦਾ ਹੀ ਰੈਜ਼ਮੇ ਉਹਨਾਂ ਨੂੰ ਦੇ ਸਕਦੇ ਹੋ, ਅਤੇ ਉੱਥੇ ਆਪਣਾ ਡਾਕੂਮੈਂਟ, ਆਪਣੀ ਜਿਹੜੀ ਇਨਫੋਰਮੇਸ਼ਨ ਉਹਨਾਂ ਨੂੰ ਦੇ ਸਕਦੇ ਹੋ, ਠੀਕ ਹੈ। ਅਤੇ ਉਹ ਤੁਹਾਨੂੰ ਜਦੋਂ ਵੀ ਉਹਨਾਂ ਨੂੰ ਜ਼ਰੂਰਤ ਹੋਊਗੀ ਤਾਂ ਤੁਹਾਨੂੰ ਫੋਨ ਕਰਕੇ ਕਹਿਣਗੇ ਵੀ ਆਹ ਵੀਕ ਦੇ ਵਿੱਚ ਆਹ ਦਿਨ ਸਾਨੂੰ ਇੰਨੇ ਤੋਂ ਇੰਨੇ ਵਜੇ ਤੱਕ ਚਾਹੀਦਾ, ਅਤੇ ਇੰਨੇ ਇੰਨੇ ਡੋਲਰ ਉਹਦੀ ਪੇ ਹੈ, ਠੀਕ ਹੈ। ਬਟ ਉਹ ਜੋਬ ਜਿਹੜੀ ਹੈ ਮਤਲਬ ਕਿ ਕੰਸਿਸਟੈਂਟ ਨਹੀਂ ਹੁੰਦੀ ਹੈਗੀ, ਉਹ ਤੁਹਾਨੂੰ ਕਦੇ ਕਦੇ ਬੁਲਾਉਂਦੇ ਆ ਹਫ਼ਤੇ ਦੇ ਵਿੱਚ, ਕੀ ਪਤਾ ਤੁਹਾਨੂੰ 4 ਦਿਨ ਬੁਲਾਉਣ, ਕੀ ਪਤਾ ਤੁਹਾਨੂੰ ਮਹੀਨੇ ਲਈ ਬੁਲਾਉਣ, ਕੀ ਪਤਾ ਤੁਹਾਨੂੰ 1 ਦਿਨ ਹੀ ਬੁਲਾਉਣ, ਉਹ ਕੰਸਿਸਟੈਂਟ ਨਹੀਂ ਜੋਬ ਹੁੰਦੀ, ਸਿਰਫ ਉਹ ਜਦੋਂ ਲੋੜ ਹੁੰਦੀ ਹੈ ਉਦੋਂ ਹੀ ਬੁਲਾਉਂਦੇ ਹੈਗੇ। ਸੋ ਉਹ ਉਹ ਹਰ ਜਗ੍ਹਾ ਦੇ ਵਿੱਚ ਇੰਪਲੋਇਮੈਂਟ ਜਿਹੜੇ ਹੁੰਦੇ ਆਫਿਸ ਹੁੰਦੇ ਆ ਜਾਂ ਇੰਪਲੋਇਮੈਂਟ ਏਜੰਸੀਜ਼ ਹੁੰਦੀਆਂ ਨੇ, ਜਿਹੜੇ ਤੁਹਾਨੂੰ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਏਜੰਸੀਜ਼ ਜਿਹੜੀਆਂ ਹੈਗੀਆਂ ਤੁਹਾਨੂੰ ਕੰਟੈਕਟ ਕਰਦੀਆਂ ਇੰਪਲੋਇਮੈਂਟ ਲਈ, ਅਤੇ ਉੱਥੇ ਵੀ ਤੁਸੀਂ ਜ਼ਰੂਰ ਸਾਈਨ ਅਪ ਕਰੋ ਜੇ ਤੁਹਾਨੂੰ ਆਉਂਦੇ ਹੀ ਤੁਸੀਂ ਤੁਹਾਨੂੰ ਚਾਹੀਦਾ ਕਿ ਕਿਤੋਂ ਨਾ ਕਿਤੋਂ ਜੋਬ ਮਿਲ ਜਾਵੇ ਵੈਸੇ ਇੱਕ ਵਾਰੀ, ਹੈ ਨਾ, ਤੁਸੀਂ ਉੱਥੇ ਵੀ ਅਪਲਾਈ ਕਰ ਸਕਦੇ ਹੋ। ਸੋ ਇੱਕ ਆਪਾਂ ਇੱਕ ਗੱਲ ਮੈਂ ਨੋਟ ਕੀਤੀ ਹੈਗੀ ਕਿ ਜਿਹੜੇ ਆਡਵਾ, ਓਨਟੈਰੀਓ, ਟੋਰਾਂਟੋ, ਅਦਰ ਵੈਨਕੂਵਰ ਵਗੈਰਾ, ਕੈਲਗਰੀ, ਇਹਨਾਂ ਜਗ੍ਹਾ 'ਤੇ ਨਾ ਫੈਕਟਰੀਜ਼ ਨੇ, ਤੁਸੀਂ ਫੈਕਟਰੀ 'ਚ ਕੰਮ ਕਰ ਸਕਦੇ ਹੋ, ਫੈਕਟਰੀ ਦੇ ਵਿੱਚ ਤੁਸੀਂ ਕੁਛ ਚੀਜ਼ਾਂ ਦੀ ਪੈਕਿੰਗ ਕਰਨ ਲਈ ਕੰਮ ਕਰ ਸਕਦੇ ਹੋ, ਹੈ ਨਾ, ਅਤੇ ਮਤਲਬ ਰੈਪ ਕਰਨ ਲਈ, ਪੈਕ ਕਰਨ ਲਈ, ਇੱਦਾਂ ਦਾ ਕੁਛ ਕੰਮ ਕਰ ਸਕਦੇ ਹੋ। ਪਰ ਨੋਵਾ ਸਕੋਸ਼ੀਆ ਦੇ ਵਿੱਚ ਕੋਈ ਫੈਕਟਰੀਜ਼ ਨਹੀਂ ਹੈਗੀਆਂ, ਜੇ ਤੁਹਾਨੂੰ ਲੱਗਦਾ ਨਾ ਫੈਕਟਰੀ ਚਲੇ ਜਾਓਗੇ, ਇੱਥੇ ਫੈਕਟਰੀਜ਼ ਨਹੀਂ ਹੈਗੀਆਂ, ਇੱਥੇ ਤੁਹਾਨੂੰ ਜੋਬਸ ਲਾਈਕ ਲੱਭਣੀ ਪੈਂਦੀ ਹੈ, ਤੁਹਾਨੂੰ ਇੰਟਰਵਿਊਸ ਦੇਣੀਆਂ ਪੈਂਦੀਆਂ, ਇੰਨੀ ਔਖੀ ਨਹੀਂ ਹੈਗੀ, ਸਾਰਿਆਂ ਨੂੰ ਜੋਬ ਮਿਲ ਜਾਂਦੀ ਹੈ ਐਂਡ 'ਤੇ, ਥੋੜ੍ਹਾ ਸ਼ੁਰੂ ਦੇ ਵਿੱਚ ਤੁਹਾਨੂੰ ਔਖਾ ਲੱਗੂਗਾ ਮੇ ਬੀ, ਬਟ ਤੁਹਾਨੂੰ ਇਵੈਂਚੁਅਲੀ ਜੋਬ ਮਿਲ ਜੂਗੀ, ਅਤੇ ਇਹੀ ਇੱਥੋਂ ਦਾ ਹੈਗਾ ਰੂਲ, ਤੁਹਾਨੂੰ ਹੌਲੀ ਹੌਲੀ ਜੋਬ ਮਿਲ ਜਾਂਦੀ ਹੈ। ਸੋ ਮੈਨੂੰ ਵੀ 4 ਮਹੀਨੇ ਲੱਗ ਗਏ ਸੀ ਜੋਬ ਮਿਲ ਲੱਭਣ 'ਚ ਸ਼ੁਰੂ ਦੇ ਵਿੱਚ, ਅਤੇ ਹੁਣ ਤਾਂ ਇੱਥੇ ਕਾਫੀ ਗਰੋਥ ਹੋ ਰਹੀ ਹੈ ਅਤੇ ਜੋਬਸ ਜ਼ਿਆਦਾ ਨਿਕਲ ਰਹੀਆਂ ਨੇ, ਸੋ ਤੁਹਾਨੂੰ ਵੀ ਜੋਬ ਮਿਲ ਜੂਗੀ ਜੇ ਤੁਹਾਨੂੰ ਕੋਈ
ਪਲੀਜ਼ ਮੈਨੂੰ ਦੱਸ ਦਿਓ ਕਮੈਂਟ ਕਰਕੇ, ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰੋ ਪਲੀਜ਼, ਅਤੇ ਹੋਰ ਕਿਸੇ ਆਪਣੇ ਫਰੈਂਡਸ ਨੂੰ ਵੀ ਸ਼ੇਅਰ ਕਰੋ, ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬਰ ਵੀ ਕਰਨਾ ਨਾ ਭੁੱਲਿਓ। ਸੋ ਮੈਂ ਨੈਕਸਟ ਵੀਡੀਓ ਦੇ ਵਿੱਚ ਮਿਲਦੀ ਹਾਂ, ਅਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸੂੰਗੀ ਕਿ ਰੈਜ਼ਿਊਮੇ ਕਿੱਦਾਂ ਬਣਾਉਣਾ ਹੈ ਜੋਬਸ ਲੱਭਣ ਲਈ। ਸੋ ਟਿਲ ਦੈਨ ਬਾਏ, ਟੇਕ ਕੇਅਰ।